ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਮਾਹਿਰ ਡਾਕਟਰਾਂ ਦੀ ਕਮੀ ਨੂੰ ਵੇਖਦੇ ਹੋਏ ਅੱਜ ਆਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਕਾਰਕੁਨਾਂ ਵੱਲੋਂ ਸਰਕਾਰੀ ਹਸਪਤਾਲ ਦੇ ਕਾਰਜਕਾਰੀ SMO SJ ਸਿੰਘ ਨੂੰ ਤਾਲਾ ਭੇਂਟ ਕਰਕੇ ਹਸਪਤਾਲ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਗਈ। ਜਾਣਕਾਰੀ ਮੁਤਾਬਕ ਇਸ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਲਈ ਮਰੀਜ਼ ਤਾਂ ਬਹੁਤ ਆਉਂਦੇ ਨੇ, ਪਰ ਡਾਕਟਰਾਂ ਦੀ ਕਮੀ ਕਾਰਨ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟੈਂਡਰ ਦਿੱਤਾ, ਇਸ ਸੰਬੰਧ ਵਿੱਚ ਦਿੱਤਾ ਕਿ ਸਾਡੇ ਕੋਲ ਬੱਚਿਆਂ ਨੂੰ ਚੈੱਕ ਕਰਨ ਵਾਸਤੇ ਇਹੋ ਜਿਹੇ ਸਮੇਂ ਤੇ ਜਦੋਂ ਕਿ ਬੱਚਿਆਂ ਦੇ ਡਾਕਟਰ ਦੀ ਬਹੁਤ ਜ਼ਰੂਰਤ ਹੈ, ਸਾਡੇ ਕੋਲ ਕੋਈ ਵੀ ਮੈਡੀਕਲ ਅਫਸਰ ਜਾਂ ਅਧਿਕਾਰੀ ਬੱਚਿਆਂ ਨੂੰ ਚੈੱਕ ਕਰਨ ਵਾਲਾ ਨਹੀਂ ਹੈ। ਉਹਨਾਂ ਦੇ ਮੈਂਬਰੰਡਰ ਦੇ ਉੱਪਰ ਮੈਂ ਪੂਰੀ ਤਰ੍ਹਾਂ ਗੌਰ ਫਰਮਾਇਆ ਔਰ ਇਹੀ ਚੀਜ਼ ਮੈਂ ਪੇਰੈਂਟਸ ਐਸੋਸੀਏਸ਼ਨ ਨੂੰ ਵੀ ਬੇਨਤੀ ਕੀਤੀ ਹੈ ਕਿ ਇਹ ਮੈਂਬਰੰਡਰ ਮੈਂ ਉੱਪਰ ਭੇਜ ਦਾਂਗਾ। ਅਸੀਂ ਪਹਿਲਾਂ ਵੀ ਆਪਣੇ ਸਰਕਾਰੀ ਪੱਧਰ ਦੇ ਉੱਪਰ ਹਾਇਰ ਅਥਾਰਟੀਜ਼ ਨੂੰ ਇਹਨਾਂ ਦੀ ਜਿਹੜੀ ਬੱਚਿਆਂ ਦੇ ਡਾਕਟਰ ਦੀ ਮੰਗ ਵਾਸਤੇ ਕਹਿ ਚੁੱਕੇ ਹਾਂ, ਪੋਲੀਟੀਕਲੀ ਵੀ ਉਹਨਾਂ ਤੱਕ ਇਹ ਗੱਲ ਪਹੁੰਚ ਚੁੱਕੀ ਹੈ। ਜਦੋਂ ਵੀ ਕੋਈ ਡਾਕਟਰ ਸਰਕਾਰ ਵੱਲੋਂ ਨਿਯਮਤ ਕੀਤਾ ਜਾਏਗਾ ਉਹ ਇਸ ਸੰਸਥਾ ਦੇ ਉੱਪਰ ਅਪੁਆਇੰਟ ਹੋ ਜਾਏਗਾ। ਸਾਡੇ ਕੋਲ ਵੈਸੇ ਤਾਂ ਜੀ ਇਸ ਵੇਲੇ ਜਿਹੜਾ ਸਿੱਧੇ ਤੌਰ ਤੇ ਨਹੀਂ ਹੈ ਉਹ ਤਾਂ ਇੱਕ ਬੱਚਿਆਂ ਦਾ ਡਾਕਟਰ ਨਹੀਂ ਹੈ, ਸਾਡੇ ਕੋਲ ਸਾਈਕੇਟ੍ਰਿਸਟ ਵੀ ਨਹੀਂ ਹੈ, ਦਿਮਾਗੀ ਰੋਗਾਂ ਦਾ ਡਾਕਟਰ ਨਹੀਂ ਹੈ, ਇੱਕ ਗਾਇਨੀਕੋਲੋਜਿਸਟ ਦੀ ਜ਼ਰੂਰਤ ਹੈ, ਇੱਕ ਆਰਥੋਪੈਡਿਕ ਸਰਜਨ ਦੀ ਜ਼ਰੂਰਤ ਹੈ ਔਰ ਜਨਰਲ ਸਰਜਨ ਵੀ ਇਸ ਵੇਲੇ ਸਾਡੇ ਕੋਲ ਨਹੀਂ, ਬਾਕੀ ਡਾਕਟਰ ਹੈਗੇ। 7 ਮਹੀਨੇ ਤੋਂ ਕੁਦਰਤੀ ਕੁਛ ਡਾਕਟਰ ਰਿਟਾਇਰ ਹੋ ਗਏ ਤੇ ਕੁਛ ਡਾਕਟਰ ਦੀ ਬਦਲੀ। ਜਿਹੜਾ ਸਟੇਟ ਦੀ ਸੈਂਟਰਲ ਪੱਧਰ ਤੇ ਵੀ ਵਾਰਡ ਮਿਲਿਆ ਉਹਦੇ ਵਿੱਚ ਇਹ ਹੁੰਦਾ ਕਿ ਅਸੀਂ ਮਰੀਜ਼ਾਂ ਨੂੰ ਬਹੁਤ ਵਧੀਆ ਸਿਹਤ ਸੇਵਾਵਾਂ ਉਪਲਬਧ ਕਰਾ ਰਹੇ, ਜਿਹਦੇ ਵਿੱਚ ਇਕੱਲੇ ਡਾਕਟਰ ਦਾ ਹੋਣਾ ਨਾ ਹੋਣਾ ਨਹੀਂ ਹੁੰਦਾ, ਜਿਹਦੇ ਵਿੱਚ ਪੂਰੇ ਹਸਪਤਾਲ ਦੀ ਸਫਾਈ, ਉਹਦੇ ਉਸ ਹਸਪਤਾਲ ਦੇ ਵਿੱਚ ਚੱਲ ਰਹੇ ਸਿਸਟਮਸ, ਉਹਨਾਂ ਨੂੰ ਮੌਕੇ ਦੇ ਉੱਪਰ ਅਟੈਂਡ ਕਰਨ ਵਾਸਤੇ ਯੋਗ ਡਾਕਟਰਾਂ ਦੀ ਉਪਲਬਧਤਾ ਹੋਣਾ ਤੇ ਮਰੀਜ਼ਾਂ ਨੂੰ ਲੈਬ ਫੈਸਿਲਿਟੀਜ਼, ਐਕਸਰੇ ਫੈਸਿਲਿਟੀਜ਼ ਜੋ ਜੋ ਸਾਡੇ ਕੋਲ ਹੈ ਉਹ ਸਾਰੀਆਂ ਆਪਣੇ ਪੱਧਰ ਤੇ ਦੇਣਾ। ਪਰ ਅਸੀਂ ਇਹ ਕਹਿ ਸਕਦੇ ਨੀ, ਸਾਡੇ ਕੋਲ ਸੈਂਟਰਲ ਡਰੱਗ ਸਟੋਰ ਤੋਂ ਸਾਰੀ ਦਵਾਈ ਆਉਂਦੀ ਹੈ ਜੀ, ਜੋ ਕੁਛ ਵੀ ਦਵਾਈ ਹੈ ਪੰਜਾਬ ਸਰਕਾਰ ਸਟੇਟ ਪੱਧਰ ਦੇ ਉੱਪਰ ਪਰਚੇਸ ਕਰਦੀ ਹੈ, ਉਸ ਤੋਂ ਬਾਅਦ ਇਕੱਲੀ ਇਕੱਲੀ ਸੰਸਥਾ ਨੂੰ ਜਿਹੜੀ ਹੈ ਦਵਾਈ ਹੈ ਉੱਥੇ ਦੀ ਮੰਗ ਦੇ ਅਨੁਸਾਰ ਵੰਡੀ ਜਾਂਦੀ ਹੈ। ਅਸੀਂ ਆਪਣੇ ਡਾਕਟਰਾਂ ਦੀ ਔਰ ਮਰੀਜ਼ਾਂ ਦੀ ਲੋੜ ਦੇ ਅਨੁਸਾਰ ਬਕਾਇਦਾ ਹਰ ਮਹੀਨੇ ਜਦੋਂ ਜਦੋਂ ਵੀ ਡਿਮਾਂਡ ਹੋਈ ਜਾਂ ਨਹੀਂ ਵੀ ਡਿਮਾਂਡ ਹੋਈ ਆਪਾਂ ਉੱਪਰ ਇੰਡੈਂਟ ਆਪਣਾ ਮੰਗ ਪੱਤਰ ਭੇਜਦੇ ਹਾਂ, ਜਿਹੜੀ ਵੀ ਦਵਾਈ ਉਪਲਬਧ ਹੁੰਦੀ ਹੈ ਉਹ ਦਵਾਈ ਸਾਨੂੰ ਮਿਲ ਜਾਂਦੀ ਹੈ, ਜਿਹੜੀ ਨਹੀਂ ਹੁੰਦੀ ਉਹ ਨਹੀਂ ਮਿਲਦੀ, ਉਹ ਅਸੀਂ ਮਰੀਜ਼ਾਂ 'ਚ ਡਿਸਟ੍ਰੀਬਿਊਟ ਕਰ ਦਿੰਦੇ ਹਾਂ। ਠੀਕ ਹੈ।